ਪਿਛਲੇ ਪਾਸੇ ਵੀ ਰਸਤਾ ਹੈਗਾ ਇੱਕ ਮਿੰਟ ਚ ਹੋਕਾ ਦੇ ਦਿੰਦੇ ਆ ਜਨਵਰੀ ਨੂੰ ਮਾਣਯੋਗ ਡੀ ਜੀ ਪੀ ਆਫਿਸ ਪੰਜਾਬ ਵੱਲੋਂ ਇੱਕ ਕੋਆਰਡੀਨੇਟ ਸਰਚ ਓਪਰੇਸ਼ਨ ਕਰਨ ਲਈ ਸਾਰੇ ਪੰਜਾਬ 'ਚ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ। ਉਸ ਤੋਂ ਇਲਾਵਾ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਇੰਟਰ ਸਟੇਟ ਅਤੇ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਨ ਦਾ ਹੁਕਮ ਮਿਲਿਆ ਸੀ, ਜਿਹਦੇ ਤਹਿਤ ਅਸੀਂ ਮਾਣਯੋਗ ਐਸ ਐਸ ਪੀ ਸੰਗਰੂਰ ਆਈ ਪੀ ਐੱਸ ਸਰਤਾਜ ਚਹਿਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਟੋਹਾਣਾ ਰੋਡ, ਜਿਹੜਾ ਸਾਡਾ ਡਿਸਟ੍ਰਿਕਟ ਹਰਿਆਣੇ ਨਾਲ ਲੱਗਦਾ ਸੰਗਰੂਰ ਦਾ ਅਤੇ ਬਾਰਡਰ ਪੈਂਦਾ, ਉੱਥੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ। ਉਸ ਨਾਕਾਬੰਦੀ 'ਤੇ ਜਿਹੜੀ ਸਾਨੂੰ ਸਫਲਤਾ ਮਿਲੀ ਹੈ, ਉਹਦੇ 'ਚ ਅਸੀਂ 2 PO ਪਾਇਸ ਦੀ ਮਤਲਬ ਵਰਤੋਂ ਕਰਦੇ ਹੋਏ ਚੈੱਕ ਕਰ ਰਹੇ ਸੀ ਅਤੇ 2 ਕ੍ਰਿਮੀਨਲ ਬੰਦੇ ਅਸੀਂ ਰਾਊਂਡ ਅਪ ਕੀਤੇ ਆ, ਜਿਹਦੇ 'ਚ ਇੱਕ ਕੁਲਦੀਪ ਕੀੜਾ, ਉਹਦੇ 'ਤੇ 16 ਮੁਕੱਦਮੇ ਦਰਜ ਹੈ ਅਤੇ ਉਹ ਪੀ ਓ ਵੀ ਸੀਗਾ ਮੋਨਕ ਥਾਣੇ ਦਾ। ਅਤੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਬਾਂਗਰੂ ਜੋ ਕਿ ਜਾਖਲ ਦਾ ਰਹਿਣ ਵਾਲਾ, ਉਹਦੇ 'ਤੇ ਵੀ 16 ਮੁਕੱਦਮੇ ਦਰਜ ਸੀ ਅਤੇ ਉਹ ਵੀ ਪੀ ਓ ਸੀ। ਇਹ 2 PO ਅਸੀਂ ਅੱਜ ਰਾਊਂਡ ਅਪ ਕੀਤੇ ਆ। ਉਸ ਤੋਂ ਇਲਾਵਾ ਫਿਰ ਕੋਆਰਡੀਨੇਟ ਸਰਚ ਓਪਰੇਸ਼ਨ ਦੇ ਵਿੱਚ ਸਵੇਰੇ ਡੀ ਐੱਸ ਪੀ ਲਹਿਰਾ ਨੇ ਹਰਿਆਊ ਪਿੰਡ ਦੇ ਵਿੱਚ ਕੋਆਰਡੀਨੇਟ ਸਰਚ ਕੀਤਾ ਸੀ। ਉਹਨਾਂ ਤੋਂ ਹੁਣੇ ਲੈ ਕੇ ਅਤੇ ਅਸੀਂ ਦੁਬਾਰਾ ਰਿਪੋਰਟ ਦੇਵਾਂਗੇ ਕਿ ਉਹਨਾਂ ਦੇ ਕੋਆਰਡੀਨੇਟ ਸਰਚ ਓਪਰੇਸ਼ਨ 'ਚ ਕੀ ਕਾਮਯਾਬੀ ਹੋਈ ਹੈ। ਅਤੇ ਅਸੀਂ ਇੱਥੇ ਥਾਣਾ ਖਨੌਰੀ ਦਾ ਇੱਕ ਨਵਾਂ ਗਾਓਂ ਪਿੰਡ ਸੀਗਾ, ਉਹਨੂੰ ਕੋਆਰਡਨ ਕਰਕੇ ਸਰਚ ਕੀਤਾ। ਉੱਥੋਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ, ਉਹਦੇ ਵਿੱਚ ਇੱਕ ਸੁਰਜੀਤ ਸਿੰਘ ਬਾਂਬੋ ਨਾਂ ਦਾ ਬੰਦਾ, ਉਹਦੇ ਘਰੋਂ ਸਾਨੂੰ 50 ਗ੍ਰਾਮ ਅਫੀਮ ਮਿਲੀ ਹੈ। ਉਹਦਾ ਮੁਕੱਦਮਾ ਅਸੀਂ ਹੁਣ ਦਰਜ ਕਰਨ ਲੱਗੇ ਹਾਂ ਅਤੇ ਪੂਰੇ ਡਿਸਟ੍ਰਿਕਟ ਦੀ ਜਿਹੜੀ ਰਿਪੋਰਟ ਹੈ ਉਹ ਐੱਸ ਐੱਸ ਪੀ ਆਫਿਸ ਵੱਲੋਂ ਕਲੈਕਟ ਕਰਕੇ ਸ਼ਾਮ ਨੂੰ ਦੁਬਾਰਾ ਉਹਦੇ ਸੰਬੰਧੀ ਪ੍ਰੈੱਸ ਨੂੰ ਜਾਣੂ ਕਰਾ ਦਿੱਤਾ ਜਾਊਗਾ।